ਆ ਹੁਣ ਤੇ ਬੱਦਲ ਹੋਇਆ ਸੁੱਖ ਨਾਲ ਗਰਮੀ ਡਈ ਲੱਗਣ ਤੈਨੂੰ ਓਹੋ ਓ ਯਾਰ ਇਹਦੇ ਪੱਤੀ ਪਾਉਂਦੇ ਆ ਮੇਰੇ ਤਾਂ ਗਰਮੀ ਬੜੀ ਡਈ ਲੱਗਣ ਹੁਣ ਦੇਸੀ ਨਹੀਂ ਚੱਲਣਾ ਉਹ ਚੱਲ ਯਾਰ ਬਾਹਰ ਹੀ ਬੱਦਲ ਬੱਦਲ ਹੋਇਆ ਵਾ ਯਾਰ ਪੱਤੀ ਵਾਲੇ ਵੀ ਨਾ ਛੇ ਵੱਜ ਗਏ ਨੇ ਤੇ ਜੇ ਰਾਤ ਰਹਿ ਲੈਂਦੇ ਤੇ ਫਿਰ ਕੀ ਸਵੇਰੇ ਟਾਈਮ ਨਾ ਆ ਜਾਂਦੇ ਪਰ ਇਹਨਾਂ ਨੇ ਕਿਦਾਂ ਮੰਨੀ ਹੁੰਦੀ ਮੇਰੀ ਬਹੁਤ ਠੰਡੀ ਠੰਡੀ ਹਵਾ ਡਈ ਚੱਲਣ ਤੇ ਮੈਂ ਵੀ ਜਾ ਕੇ ਅੰਦਰ ਏਸੀ ਲਗਾ ਲਵਾਂ ਆ ਤੇ ਮੌਸਮ ਹੀ ਬੜਾ ਸੁਹਾਣਾ ਹੋਇਆ ਬਾਹਰ ਤੇ ਤੁਸੀਂ ਤੇ ਰਹਿੰਦੇ ਏਸੀ ਤੇ ਨਹੀਂ ਹੋ ਏਸੀ ਤੇ ਨਹੀਂ ਬਹਿਣਾ ਏਸੀ ਤੇ ਲੈ ਕੀ ਬਹਿਣਾ ਹੈ ਬੱਤੀ ਬੰਦ ਆ ਤਾਂ ਹੀ ਆਵੇ ਜੇ ਭੱਜੇ ਨਹੀਂ ਤੇ ਉੱਤੇ ਅੰਦਰ ਹੀ ਬਹਿਣਾ ਹੈ ਮੇਰੀ ਸੁਣ ਗੱਲ ਬੜੇ ਬੱਤੀ ਬੰਦ ਆ ਜੇ ਬੱਤੀ ਹੋਣ ਵੀ ਡਈ ਹੁੰਦੀ ਨਾ ਮੈਂ ਤਾਂ ਵੀ ਬਾਹਰ ਹੀ ਬਹਿਣਾ ਜਾਣ ਕੇ ਤੈਨੂੰ ਪਤਾ ਸਰਕਾਰ ਨੇ 300 ਮਾਫ ਕਰਤੀ ਹੈ ਏਸੀ ਕੀ ਲਾਉਣਾ ਵਾ ਬਾਹਰ ਹਵਾ ਚ ਲੰਡੀ ਏਸੀ ਵਰਗੀ ਇੱਥੇ ਬਹਿਣੇ ਹੋਏ ਏਸੀ ਲਾਉਣਾ ਹੈ ਉਹਨਾਂ ਘਰ ਤੇ ਬੜੀਆਂ ਗੱਲਾਂ ਹੁੰਦੀਆਂ ਜੇ ਨਹੀਂ ਉਹਨਾਂ ਘਰ ਏਸੀ ਹੁਣ ਵੀ ਤੇ ਜੁੱਟਦਾ ਆ ਨਾ ਖਿਆਲ ਜੇ ਉਹਨਾਂ ਨੇ ਨਹੀਂ ਏਸੀ ਲਾਇਆ ਤਾਂ ਫੇਰ ਕੀ ਹੋਇਆ ਏਸੀ ਨਹੀਂ ਲਵਾਇਆ ਕਹਿੰਦੀ ਅਗਲੀ ਵਾਰੀ ਲਵਾ ਲੈਣਾ ਵਾ ਉਹਨੇ ਕੋ ਕਦ ਨਹੀਂ ਲੱਗਣਾ ਸੀ ਨਾ ਲੱਗੇ ਕੋਈ ਗੱਲ ਨਹੀਂ ਆਹੋ ਏਸੀਆਂ ਥੱਲੇ ਬਹਿ ਬਹਿ ਕੇ ਬਿਮਾਰੀਆਂ ਦੇ ਘਰ ਹੀ ਹੋਰ ਕੀ ਕਾ ਪਰ ਬਿਮਾਰੀਆਂ ਦੀ ਗੱਲ ਹੈ ਕੀ ਹੈ ਜਿਨ੍ਹਾਂ ਘਰ ਏਸੀ ਨਹੀਂ ਲੱਗੇ ਉਹ ਇੱਦੇ ਬਹਾਨੇ ਲੱਭਦੇ ਹੁੰਦੇ ਨੇ ਬਿਮਾਰੀਆਂ ਦਾ ਘਰ ਬਹਾਨਾ ਨਹੀਂ ਲੱਭਿਆ ਮੈਂ ਨਾਲੇ ਤੁਸੀਂ ਬਾਰ-ਬਾਰ ਉਹਨਾਂ ਨੂੰ ਗੱਲਾਂ ਨਾ ਕਰਿਆ ਕਰੋ ਚੰਗਾ ਗੱਲਾਂ ਨਾ ਕਰਿਆ ਕਰੋ ਮੇਰੀ ਗੱਲ ਸੁਣ ਉੱਥੇ ਗਏ ਸੀ ਨਾ ਆਪਾਂ ਹਾਂਜੀ ਭਾਈ ਅਦਰਾ ਕਿੰਨਾ ਕਾ ਗਿਆ ਸਾਨੂੰ ਮਿਲਣ ਨਹੀਂ ਨਾ ਆਇਆ ਉਹ ਵਿਹਲਾ ਨਹੀਂ ਤੁਹਾਡੇ ਨਾਲ ਵਿਹਲੇ ਦੀ ਗੱਲ ਨਹੀਂ ਹੈ ਉਹ ਜਾਣ ਬੁੱਝ ਕੇ ਨਹੀਂ ਆਇਆ ਉਹਨੂੰ ਪਤਾ ਵਾ ਮੇਰਾ ਜਿਹੜਾ ਸੰਡੂ ਹੈ ਨਾ ਉਹ ਵੱਡਾ ਅਫਸਰ ਬੰਦਾ ਵਾ ਤੇ ਸੇਵਾ ਪਾਣੀ ਬੜੀ ਕਰਨੀ ਪੈਣੀ ਆ ਜਿੱਕੀ ਮੇਰੀ ਗੱਲ ਸੁਣੋ ਤੁਸੀਂ ਗੱਲ-ਗੱਲ ਤੇ ਨਾ ਬਹਾਨੇ ਨਾ ਲੱਭਿਆ ਕਰੋ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਠੀਕ ਹੈ ਨਾ ਉਹ ਆਪਣੇ ਕੰਮ 'ਚ ਬਿਜੀ ਸੀ ਤਾਂ ਨਹੀਂ ਆਏ ਤੇ ਦੀਦੀ ਨੇ ਤੁਹਾਡੀ ਕੋਈ ਸੇਵਾ 'ਚ ਕਸਰ ਨਹੀਂ ਛੱਡੀ ਦੀਦੀ ਨੇ ਕਿਹੜੀ ਸੇਵਾ ਕੀਤੀ ਚਾਰ ਪਕੌੜੇ ਕੱਢ ਕੇ ਚਾਣਾ ਉਹ ਸੇਵਾ ਜਿਹੜਾ ਆਪਾਂ ਜਿਹੜਾ 20-25 ਮਿੰਟ ਪਹਿਲਾਂ ਜਾ ਕੇ ਬਹਿ ਗਏ ਆ ਪਾਣੀ ਤੱਕ ਨਹੀਂ ਆਇਆ ਆਪ ਪੀਣ ਚੱਲਾ ਨਾ ਪਾਣੀ ਫਿਰ ਕਿੱਡੀ ਛੇਤੀ ਉੱਠੀ ਨਹੀਂ ਭਾਈਆ ਬਹਿ ਜਾ ਮੈਂ ਲੈ ਆਣੀ ਆ ਪਾਣੀ ਜਾ ਕੇ ਸੇਵਾ ਕੀਤੀ ਆ ਪੀ ਹੁੰਦੀ ਆਪ ਹੀ ਫਿਰ ਕੀ ਚੱਲਾ ਆ ਪਾਣੀ ਪੀਣਾ ਪੀ ਲੈਣਾ ਤੂੰ ਉੱਠੀ ਕਦੋਂ ਫਿਰ ਇੰਨੇ ਟਾਈਮ ਨਾਲ ਪੀ ਜਾਣਾ ਹੈ ਪਾਣੀ ਹੁਣ ਅੰਦਰੋਂ ਪੀ ਆਈ ਜੀ ਜਾਂ ਨਹੀਂ ਜਾ ਲੈ ਆ ਪਾਣੀ ਪੀ ਆਇਆ ਅੰਦਰੋਂ ਅੰਦਰੋਂ ਆਏ ਜੇ ਨਾ ਆਹ ਤੇ ਲਾ ਲਣ ਜੇ ਪਾਣੀ ਤੇ ਮੈਂ ਲਿਆ ਦੇਣੀ ਆ ਇਹ ਕਿੰਨੇ ਰੱਖਣਾ ਹੈ ਅੰਦਰ ਉਹ ਯਾਰ ਇਹਦਾ ਚੇਤਾ ਭੁੱਲ ਗਿਆ ਮੈਨੂੰ ਮੈਂ ਵੀ ਆਖਾਂਗਾ ਮੈਨੂੰ ਭਾਰ 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 ਜਾ ਕੇ ਤੋਂ ਡਿਆ ਲੱਗਣਾ ਆਹ ਤੇ ਮੈਂ ਲਾਇਆ ਹੀ ਨਹੀਂ ਜਾ ਜਾ ਨਾਲ ਇਹਨੂੰ ਅੰਦਰ ਰੱਖ ਜਾ ਲਵਾ ਉਹ ਤਾਂ ਤੁਹਾਡੇ ਨਾਲ ਵਾਜੇ ਹੀ ਵੱਜੇ ਨੇ ਹੋਰ ਨਹੀਂ ਕੋਈ ਗੱਲ ਪਾਣੀ ਦੇ ਆ ਘੁੱਟ ਗਲਾਹ ਗਲਾੜੀਆਂ ਕਰਨਾ ਵਾਜੇ ਵੱਜੇ ਨੇ ਤੁਹਾਡੇ ਸੇਵਾ ਤੇਰੀ ਭੈਣ ਨੇ ਕੀਤੀ ਤੇ ਕਸੂਰ ਸਾਰਾ ਮੇਰਾ ਕੱਢੀ ਜਾ ਹੁਣ ਆਲੇ ਪਾਣੀ ਉਠੋ ਨੀਂਦ ਆ ਗਈ ਤੁਹਾਨੂੰ ਹੁਣ ਏਡੀ ਛੇਤੀ ਪਾਣੀ ਲੈਣ ਗਈ ਹੈ ਕਿ ਤਾਂ ਸਾਗ ਬਣਾਉਣ ਚੱਲ ਗਈ ਹੈ ਅੱਧਾ ਤੇ ਦਵਾ ਦੇ ਪਾਣੀ ਲਿਆਉਣ ਤੇ ਚੁੱਪ ਕਰਕੇ ਪੀ ਲਓ ਅੰਦਰ ਗਏ ਹੀ ਤੁਹਾਨੂੰ ਤੇ ਇਹ ਨਹੀਂ ਕਿ ਉੱਠ ਕੇ ਮੈਂ ਪਾਣੀ ਘੁੱਟ ਪੀ ਲਾਂ ਪਾਣੀ ਤਾਂ ਲਿਆਂਦਾ ਚਲ ਵਧੀਆ ਗੱਲ ਆ ਤੇ ਮਸਾ ਠੰਡਾ ਹੀ ਪਾਣੀ ਲਿਆਂਦੀ ਗਰਮ ਲਿਆਂਦਾ ਹੀ ਠੰਡਾ ਪਾਣੀ ਲਿਆਂਦਾ ਜੇ ਗਰਮੀ ਹੀ ਤੇ ਮੈਂ ਪੀ ਕਿਦਾਂ ਲਿਆ ਨਾ ਪੀਂਦੇ ਕਿਦਾਂ ਲਿਆ ਤੇਰੀ ਮਾਤ ਨਾ ਤੇਰੀ ਭੈਣ ਵਰਗੀ ਹੋ ਗਈ ਆ ਖਬਰਦਾਰ ਜੇ ਮੇਰੀ ਭੈਣ ਨੂੰ ਕੁਝ ਕਿਹਾ ਖਬਰਦਾਰ ਤੇਰੀ ਭੈਣ ਦੇਸੀ ਲੱਗੀ ਆ ਨਾ ਉਹੀ ਕੰਮ ਹੋ ਗਿਆ ਰੋਜ਼ ਵਾਲਾ ਹੀ ਖਬਰਦਾਰ ਭੈਣ ਨੂੰ ਕੁਝ ਕਿਹਾ ਭੈਣ ਜੀ ਦਾ ਤੇਰੀ ਡੀਸੀ ਲੱਗੀ ਉਥੇ ਗੱਲਾਂ ਮਾਰਦੀ ਮੇਰੇ ਨਾਲ ਉਹ ਯਾਰ ਕਰੀ ਆ ਪਿਆ ਵੇ 5000 ਰੁਪਿਆ ਲਾਉਂਦੇ ਦੋਵਾਂ ਦਿਨਾਂ ਦੇ ਵਿੱਚ 10000 ਰੁਪਿਆ ਦੋਵਾਂ ਦਿਨਾਂ 'ਚ 5000 ਰੁਪਿਆ ਵੱਧ ਉਹਨਾਂ ਦੀ ਆ ਵੀ ਬੜੀ ਘੈਂਟ ਆ ਓਏ ਉਹ 50000 ਰੁਪਿਆ ਲਾਉ ਤੇ 1 ਲੱਖ ਰੁਪਿਆ ਉਹ ਵੀ ਦੋਵਾਂ ਦਿਨਾਂ 'ਚ ਉਹ ਸਿੱਧਾ 50000 ਰੁਪਏ ਦਾ ਫਾਇਦਾ ਦੋਵਾਂ ਦਿਨਾਂ 'ਚ ਉਹ ਯਾਰ ਹੈ ਐਪ ਕਰੀ ਐਪ ਬੜੀ ਘੈਂਟ ਆ ਓਏ ਡਿਲੀਟ ਨਾ ਕਰ ਦੇ ਇਹਨੂੰ ਡਾਊਨਲੋਡ ਕਰੀਏ ਪਹਿਲਾਂ ਤੇ ਓ ਨੋ ਉਹ ਲੈ ਵੀ ਮਿੱਤਰਾ ਐਪ ਤੇ ਹੋ ਗਈ ਡਾਊਨਲੋਡ ਪਰ ਹਾਂ ਨਹੀਂ ਮੈਨੂੰ ਸਮਝ ਆਉਂਦੀ ਆ ਇੰਗਲਿਸ਼ 'ਚ ਕੀ ਲਿਖਿਆ ਵੱਡਾ ਵਾਲਾ ਓ ਪੀ ਟੀ ਐਮ ਇੱਦਾਂ ਕਰਾਂ ਯਾਰ ਗੋਪੀ ਨੂੰ ਫੋਨ ਲਾ ਕੇ ਪੁੱਛਾਂ ਉਹ ਆ ਵਾ ਇਹੋ ਜਿਹੇ ਪੰਗੇ ਪੁੰਗੇ ਲੈਂਦਾ ਰਹਿੰਦਾ ਹਨਾ ਉਹਨੂੰ ਸਾਰੇ ਪਤਾ ਹੋਣਾ ਐਪ ਬਾਰੇ ਉਹ ਵੀ ਇੱਦਾਂ ਦੇ ਕੰਮ ਕਰਦਾ ਵਾ ਹਨਾ ਉਹਨੂੰ ਫੋਨ ਲਾਉਣਾ ਪਹਿਲਾਂ ਤੇ ਉਹ ਤਾਂ ਸਕੀਮ ਹੀ ਬੜੀ ਵਧੀਆ ਵਾ ਮੈਂ ਤੇ ਮਹੀਨੇ 'ਚ ਤੁਹਾਡਾ ਭੱਜਣਾ ਕਿੱਥੇ ਗਿਆ ਗੋਪੀ ਦਾ ਨੰਬਰ ਉਹ ਭਰਾਵਾ ਚੁੱਕ ਲਿਆ ਫੋਨ ਇੱਕ ਤੇ ਫੋਨ ਚੱਕ ਲਿਆ ਪਤਾ ਨਹੀਂ ਕਿੱਥੇ ਚਲ ਗਿਆ ਵਾ ਫੇਰ ਲਾਉਣਾ ਇੱਕ ਵਾਰੀ ਉਹ ਚੁੱਕ ਫੋਨ ਛੇਤੀ ਕਰ ਯਾਰ ਉਹ ਯਾਰ ਇਹਨੇ ਫੇਰ ਨਹੀਂ ਫੋਨ ਚੱਕਿਆ ਆਪ ਤਾਂ ਥੋਂ ਦੀ ਆ ਇੱਕ ਦਿਨ ਇਹ ਸਿਰ ਚੱਟ ਲੈਣਾ ਫੇਰ ਆਣ ਕੇ ਮੇਰਾ
ਕੁਛ ਨਹੀਂ ਯਾਰ, ਉਦਾਂ ਹੀ ਮੁੰਡਾ ਯਾਰ ਦੋਸਤ ਨੂੰ ਲਿਆ ਨਾ ਮੁੰਡਾ ਯਾਰ। ਅੱਛਾ ਹੋਰ ਉਹ ਠੀਕ ਆ। ਉਹ ਕੀ ਕਰਤਾ ਜੀ? ਉਹ ਕੰਮ ਮੈਂ ਕਿੱਥੇ, ਮੈਂ ਉਦਾਂ ਫੋਨ ਡਹਿ ਪੰਗੇ ਨਾ ਤੈਨੂੰ ਡਿਆ ਲੱਗ ਰੋਖਾ ਵਾ। ਸੜੇ ਹੀ ਪੈਂਦੇ ਜੇ ਤੁਸੀਂ ਸੜੇ। ਸੁਣਿਆ ਸੁਣਿਆ ਚੁੱਪ ਕਰਕੇ ਗੱਲਾਂ ਨਾ ਕਰ ਮੇਰਾ ਬੋਧੀਆਂ। ਜੱਗੀ ਆ ਕਿਹੜੀ ਐਪ ਕੱਢੀ ਜੀ? ਕਿਹੜੀ ਐਪ? ਇੱਧਰ ਕਰੋ ਹਾਂ। ਉਹ ਕੋਕਣੀ ਹੈ ਐਪ ਕੱਢੀ ਹੈ। ਤੇ ਫੋਨ ਕਾਹਤੇ ਲਗਾਉਂਦੇ ਜੀ? ਵਟਸਐਪ ਚਲਾਉਂਦਾ ਮੈਂ, ਵੇਖ ਲੈ ਕਿਹੜੀ ਐਪ ਕੱਢੀ ਹੈ। ਪਹਿਲਾਂ ਐਪ ਹੀ ਐਪ ਕੱਢੀ ਹੈ। ਸ਼ਰਨ ਲੈ ਦੇ ਰੋਟੀ, ਅੱਗੇ ਬੜਾ ਟਾਈਮ ਹੋ ਗਿਆ ਵਾ। ਬਸ ਆ ਗਈ ਮੈਂ, ਫੇਰ ਰੋਟੀ ਪਾਉਂਦੀ ਆ। ਗੋਪੀ ਦਾ ਫੋਨ। ਹੈਲੋ। ਹਾਂ ਭਰਾਵਾ ਕੀ ਹਾਲ ਆ ਤੇਰਾ? ਮੈਂ ਵੀ ਠੀਕ ਆ। ਉਹ ਰਾਤੀ ਤੈਨੂੰ ਕਿੰਨਾ ਫੋਨ ਡਿਆ ਗਿਆ, ਤੂੰ ਚੱਕਿਆ ਹੀ ਨਹੀਂ। ਅੱਛਾ ਅੱਛਾ ਗਿਆ ਕਿਤੇ? ਉਹ ਮੈਂ ਨਾ ਤੈਨੂੰ ਗੱਲ ਪੁੱਛਣੀ, ਇੱਕ ਮੈਨੂੰ ਨਾ ਕੈਬ ਮਿਲਿਆ ਸੀ, ਉਹ ਪੈਸਿਆਂ ਪੁਸਿਆਂ ਦਾ ਵਾ ਕੋਈ, ਅਤੇ ਉਹ ਮੈਂ ਪੁੱਛਣਾ ਤੈਨੂੰ ਕਿ ਕੀ ਹਿਸਾਬ ਕਿਤਾਬ ਆ। ਹੁਣ ਤੂੰ ਕਿੱਥੇ ਹੈ? ਅੱਛਾ ਅੱਛਾ ਚੱਲ ਇੱਦਾਂ ਕਰੀ ਮੇਰਾ ਵੀਰ, ਮੈਨੂੰ ਮਿਲੀ ਜਗ੍ਹਾ ਅਤੇ ਮੈਨੂੰ ਸਾਰਾ ਐਪ ਬਾਰੇ ਦੱਸ ਦੇ ਮਾੜਾ ਜਿਹਾ, ਉਹ 'ਚ ਪੈਸੇ ਪੁਸੇ ਵੱਧਦੇ ਆ, ਅਤੇ ਮੈਂ ਪੁੱਛਣਾ ਤੈਨੂੰ ਸਾਰੇ ਠੀਕ ਆ। ਆ ਚੱਲ ਮੈਂ ਚੱਲਾਂ ਆਪਣੇ ਕੰਮ 'ਤੇ ਚੱਲਾਂ, ਮੈਂ ਕੰਮ ਤੋਂ ਆਣ ਕੇ ਨਾ ਫਿਰ ਤੈਨੂੰ ਮਿਲਾਂਗਾ, ਠੀਕ ਆ? ਹਾਂ ਚੱਲ ਠੀਕ ਆ ਮੇਰਾ ਵੀਰ, ਫੋਨ ਚੱਕ ਲਈ ਮੇਰਾ? ਚੰਗਾ ਚੰਗਾ ਠੀਕ ਆ। ਸ਼ਰਨਾ ਅੱਜ ਬੜੀ ਸਬਜ਼ੀ ਸਵਾਦ ਬਣਾਈ ਆ। ਸੱਚੀ? ਅੱਗੇ ਤਾਂ ਤੁਸੀਂ ਮੇਰੀ ਕਦੇ ਤਾਰੀਫ ਕੀਤੀ ਨਹੀਂ, ਅੱਜ ਬੜੀ ਕਰਨ ਦੇ ਜੀ। ਮੈਂ ਤਾਰੀਫ ਨਹੀਂ ਤੇਰੀ ਕਰਨ ਦਿਆਂ, ਮੈਨੂੰ ਸਬਜ਼ੀ ਸਵਾਦ ਲੱਗੀ ਮੈਂ ਤਾਂ ਗਿਆ ਵਾ। ਚਲੋ ਇਹ ਤਾਂ ਠੀਕ ਹੈ, ਨਾਲੇ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਆ, ਮੇਰੇ ਨਾਲ ਨਾ ਸ਼ੋਪਿੰਗ ਕਰਨ ਜਾਓ, ਦੋ ਤਿੰਨ ਸੂਟ ਲੈ ਕੇ ਦਿਓ ਮੈਨੂੰ, ਮੈਂ ਕਦੇ ਨਹੀਂ ਤੁਹਾਨੂੰ ਕਿਹਾ। ਸੂਟ? ਹਾਂਜੀ। ਤੈਨੂੰ ਸੂਟ ਚਾਹੀਦੇ ਨਾ? ਬਹੁਤ ਵੱਧ ਇੱਕ ਹਫ਼ਤਾ ਕਰੋ ਜਾ। ਹਾਂਜੀ ਸੂਟ ਹੀ ਸੂਟ ਕਰ ਦਾਂਗੇ ਤੇਰੇ ਵਾਸਤੇ ਹੁਣ। ਸੱਚੀ? ਹੋਰ ਵੇਖ ਲਓ ਮੁੱਕ ਰਹੇ ਹੋ ਨਾ। ਮੈਂ ਕਿਹਾ ਮੈਂ ਆਪਣੀ ਜ਼ਬਾਨ ਕੀਤੀ ਆ ਨਾ, ਅਤੇ ਬਸ ਮੈਂ ਤੇ ਵਿਸ਼ਵਾਸ ਰੱਖੀ। ਠੀਕ ਹੈ ਇੰਨੇ ਕੁ ਸੂਟ ਕਰ ਦਾਂਗਾ ਨਾ, ਤੂੰ ਆਪ ਕਹੇਂਗੀ ਬਸ ਕਰੋ ਜੱਗੀ, ਇੰਨੇ ਬੜੇ ਆ। ਠੀਕ ਹੈ ਜੀ, ਚਲੋ ਠੀਕ ਹੈ, ਮੈਂ ਪਾਣੀ ਲਿਆ ਦਾ ਤੁਹਾਨੂੰ। ਲਿਆ ਦੇ ਪਾਣੀ ਅਤੇ ਇੱਕ ਰੋਟੀ ਵੀ ਲਿਆ ਦੇਣੀ। ਲਿਆ ਦੇਣੀ ਆ ਲਓ ਪਾਣੀ ਅਤੇ ਆ ਲਓ ਰੋਟੀ। ਉਹ ਰੋਟੀ ਤਾਂ ਨਹੀਂ ਮੈਂ ਖਾ, ਮੇਰਾ ਜੀ ਨਹੀਂ ਕੱਢਿਆ ਹੋਣਾ, ਮੈਂ ਦਹੀਂ ਪੀ ਲਿਆ ਸਾਰਾ ਹੀ। ਅੱਛਾ ਤਾਂ ਸਬਜ਼ੀ ਹੈਗੀ ਤੂੰ ਖਾ ਰੋਟੀ। ਚਲੋ ਮੈਂ ਖਾ ਲਈ। ਚਲ ਠੀਕ ਮੈਂ ਚੱਲਦਾ ਫਿਰ। ਹੈ ਠੀਕ ਚੰਗਾ ਫਿਰ। ਰੋਟੀ ਪਈ ਜੇ ਤੁਹਾਡੀ ਪੈਕ ਵੀ ਲੈ ਜਾਓ।